king in the ring. Yeah, yeah. Want to tell you something? Yeah, 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 yeah. Indian Don Raja, I ask the star. Yeah, yeah. Charlie Hype, are you doing right, star? हाँ जी असी अज लुधियाने दे विच साडा उन्हें इंप्रेस मीटिंग इंप्रेस मीटिंग सी ते उहदे बाद असी न्यूज़पेपर को जा रहे प्रेस इत्थे बहुत वधिया सी वी एंजॉय रहे अल्ला एंड उस तो बाद असी बठिंडा चले है ना बठिंडा बठिंडा ਇਹ ਮੁੰਡੇ ਦੇਖੋ ਅੰਗਰੇਜ਼ ਹੋ ਕੇ ਪੰਜਾਬੀ ਕਿਸ ਤਰ੍ਹਾਂ ਬੋਲਦੇ ਵਧੀਆ ਬੋਲਦੇ ਹਨਾ ਠੇਠ ਹੋ ਰਹੀ ਹੈ ਹਾਂਜੀ ਠੇਠ ਠੇਠ ਪੰਜਾਬੀ ਉਹ ਕਹਿੰਦੇ ਨੇ ਜੀ ਆਪ ਬਿਸਤਰਾ ਤੇ ਮੈਂ ਚੱਕ ਲਾਂਗੀ ਕਿਹਦਾ ਵੀ ਪਤਾ ਰੱਬੇ ਚੱਕੂਗਾ ਉਹ ਪਤਾ ਕੀ ਹੈ ਉਹ ਆਪਣੀ ਨਾਭੇ ਦੀ ਬੋਲੀ ਹੈ ਉਹ ਜਿਹੜੀ ਬੜੀ ਮਿੱਠੀ ਪਿਆਰੀ ਬੋਲੀ ਹੁੰਦੀ ਹੈ ਉਹ ਨਹੀਂ ਮੈਨੂੰ ਕੁਝ ਸੁਣਦਾ ਨਹੀਂ ਫਿਰ ਵੀ ਠੀਕ ਹੈ ਹਾਂਜੀ ਦੋਸਤੋ ਬਸ ਹੈ ਲੁਧਿਆਣੇ 'ਚ ਕਰਕੇ ਲੋਕ ਬੜੀ ਪਸੰਦ ਕਰ ਰਹੇ ਨੇ ਸਾਡੀ ਪਿਕਚਰ ਦਾ ਟ੍ਰੇਲਰ ਔਰ ਸਾਡੀ ਪਿਕਚਰ ਦੇ ਆਪਣਾ ਪੋਸਟਰ ਐਂਡ ਦਾ ਕੈਂਪੇਨ ਦਾ ਜਿਹੜਾ ਸਟਾਈਲ ਹੈ ਸ਼ਰਮਾ ਜੀ ਨੇ ਟੀ ਸ਼ਰਟਾਂ ਬਣਾਈਆਂ ਲੋਕ ਪਾ ਰਹੇ ਨੇ ਔਰ ਤੁਸੀਂ ਰੱਖ ਲਈ ਮੈਂ ਰੱਖ ਲਈ ਆਪਣੇ ਵਾਸਤੇ ਮੈਂ ਇਹਦੇ ਉੱਤੇ ਪਾ ਨਹੀਂ ਸਕਦਾ ਨਾ ਹਾਂਜੀ ਅਤੇ ਤਿੰਨ ਦੇ ਹੁਣ ਅਸੀਂ ਜਾਣਾ ਉੱਥੇ ਪਟਿਆਲੇ ਬਠਿੰਡਾ ਨਹੀਂ ਬਠਿੰਡਾ ਪਹਿਲੇ ਜਾਵਾਂਗੇ ਫਿਰ ਉੱਥੋਂ ਅਸੀਂ ਹੋਰ ਜਿੰਨਾ ਵੀ ਹੈ ਕਵਰ ਕਰਾਂਗੇ ਅਸੀਂ ਪੂਰੀ ਆਪਣੀ ਜੋ ਵੀ ਹੈ ਚਾਹੁੰਦੇ ਹਾਂ ਕਿ ਤੁਹਾਡੇ ਨੁੱਕ ਐਂਡ ਕੋਰਨਰ ਦੇ ਸਾਡੀ ਇੱਕ ਮੈਸੇਜ ਪਹੁੰਚ ਜਾਏ ਕਿ ਇਹ ਪਿਕਚਰ ਦਾ ਮਤਲਬ ਕੀ ਹੈ ਬੋਰਨ ਟੂ ਬੀ ਕਿੰਗ ਦਾ ਮਤਲਬ ਆਫਕੋਰਸ ਕਿੰਗ ਤਾਂ ਇਹ ਬਣੇਗਾ ਮੈਂ ਤਾਂ ਰਿਟਾਇਰ ਹੋ ਚੁੱਕਾ ਐਟ ਲੀਸਟ ਯੂ ਮਸਟ ਵਾਚ ਬੋਰਨ ਟੂ ਬੀ ਕਿੰਗ ਔਨ 4th ਆਫ ਮਾਰਚ ਡਰੱਗਸ ਫ੍ਰੀ ਪੰਜਾਬ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਧੀਰ ਸ਼ਰਮਾ ਰਿਲੀਜ਼ਰ ਆਫ ਮੂਵੀ ਬੋਰਨ ਟੂ ਬੀ ਕਿੰਗ ਜਿਹੜੀ 4 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਅਸੀਂ ਅੱਜ ਜਲੰਧਰ ਨਿਕਲੇ ਅਤੇ ਪੱਚੇ ਲੁਧਿਆਣੇ ਰਸਤੇ 'ਚ ਕੀਤੀ ਚਾਹ ਚੂ ਅਤੇ ਹੁਣ ਅਸੀਂ ਫਿਨਿਸ਼ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਬਾਅਦ ਅਸੀਂ ਚੱਲੇ ਅਖਬਾਰ ਦੇ ਆਫਿਸ ਅਤੇ ਉਹਦੇ ਬਾਅਦ ਅਸੀਂ ਫਿਰ ਗੱਡੀ 'ਚ ਬੈਠਾਂਗੇ ਅਤੇ ਪਹੁੰਚਾਂਗੇ ਬਠਿੰਡਾ ਅਬ ਫਿਰ ਤੁਹਾਨੂੰ ਮਿਲਾਂਗੇ ਕੱਲ੍ਹ ਬਠਿੰਡੇ You know me rain like the thunder and lightning. I know you say that the truth can be frightening, but everything that you do know that I can, 'cause I'm the best like oh. ਸਾਰੀ ਜ਼ਿੰਦਗੀ 'ਚ 50 ਸਾਲ ਦਾ ਕੰਮ ਕਰ ਰਿਹਾ ਸ਼ੁਰੂ ਤੋਂ ਟੈਲੈਂਟ ਅਸੀਂ ਬੜੇ ਰੋਬ ਨਾਲ ਬੋਲਦੇ ਹੁੰਦੇ ਸੀ ਓਏ ਵਾਟ ਡੂ ਯੂ ਥਿੰਕ ਯੂ ਆਰ ਤਾਂ ਅਸੀਂ ਕਹਿੰਦੇ ਸੀ ਆਈ ਐਮ ਰਣਜੀਤ ਸਿੰਘ ਫਰੋਮ ਬਠਿੰਡਾ ਖਾਲਸਾ ਜੀ ਤਾਂ ਮੈਨੂੰ 3-4 ਪਿਕਚਰ ਕੀਤਾ ਇਸ ਨੇ ਮੈਂ ਆਈ ਐਮ ਫਰੋਮ ਦੇਅਰ ਆਈ ਐਮ ਫਰੋਮ ਦੇਅਰ ਬਟ ਡੋਂਟ ਫੋਰਗੇਟ ਬਠਿੰਡਾ ਤਾਂ ਅੱਜ ਮੈਂ ਸਵੇਰ ਦਾ ਪੁੱਛ ਰਿਹਾ ਸੀਗਾ ਕਿ ਬਠਿੰਡਾ ਦੀ ਇੰਨੀ ਇੰਪੋਰਟੈਂਸ ਕਿਉਂ ਹੋ ਗਈ ਹੈ ਤਾਂ ਖਾਲਸਾ ਜੀ ਮਹਾਰਾਜ ਨੇ ਅੱਜ ਮੈਨੂੰ ਦਿੱਤੀ ਹੈ ਨੌਲੇਜ ਤਾਂ ਮੈਂ ਜਾ ਕੇ ਹੁਣ ਮੁੰਬਈ ਦੱਸਾਂਗਾ ਕਿ ਬਠਿੰਡੇ ਦਾ ਮਤਲਬ ਕੀ ਹੁੰਦਾ ਸਾਰਾ ਪੰਜਾਬ ਘੁੰਮਿਆ ਸਾਰੀ ਦੁਨੀਆ ਘੁੰਮੀ ਲੇਕਿਨ ਇੱਥੇ ਜਿੰਨਾ ਪਿਆਰ ਮਿਲਿਆ ਬਠਿੰਡੇ ਦੇ ਵਿੱਚ ਔਰ ਇੱਥੇ ਜਿੰਨਾ ਕਲਾ ਦੀ ਕਦਰ ਕੀਤੀ ਜਾਂਦੀ ਹੈ ਉਹ ਦੇਖ ਕੇ ਦਿਲ ਖੁਸ਼ ਹੋ ਗਿਆ ਉਮਰ ਭਰ ਚਾਹੇ ਕੋਈ ਪੁਕਾਰ ਨਾ ਕਰੇ ਉਹਨਾਂ ਦਾ ਨਾਮ
थैंक यू वेरी मच।